ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਕਲਾਸ 10 ਦਾ ਚੈਪਟਰ ਚੱਲ ਰਿਹਾ ਆਪਣਾ ਟ੍ਰੈਗਲ ਪੰਜਾਬੀ ਜਿਹਨੂੰ ਤ੍ਰਿਭੁਜ ਨਾਮ ਦਿੱਤਾ ਜਾਂਦਾ ਹੈ ਕੁਝ ਇੰਪੋਰਟੈਂਟ ਕੁਐਸਚਨ ਜੋ ਐਗਜ਼ਾਮ ਪੁਆਇੰਟ ਆਫ ਵਿਊ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਉਹਨੂੰ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਆ ਕੁਐਸਚਨ ਆਪਣੇ ਕੋਲ ਹੈ ਚਿੱਤਰ ਵਿੱਚ ABC ਅਤੇ AMP ਦੋ ਸਮਕੋਣ ਤ੍ਰਿਭੁਜ ਹਨ ਸਭ ਤੋਂ ਪਹਿਲਾਂ ਆਪਾਂ ਡਾਇਗਰਾਮ ਬਣਾਵਾਂਗੇ ਬਾਕੀ ਕੁਐਸਚਨ ਬਾਅਦ ਚ ਪੜਾਂਗੇ ਆਪਾਂ ਆਪਣੇ ਕੋਲ ਇਸ ਤਰ੍ਹਾਂ ਦਾ ਇੱਕ ਡਾਇਗਰਾਮ ਹੈ ਇਹ ਆਪਣੇ ਕੋਲ ਆ ਗਿਆ ਐਮ ਇਹ ਵੀ 90 ਡਿਗਰੀ ਹੈ ਇਹ ਆਪਣੇ ਕੋਲ ਬੀ ਇਹ ਵੀ 90 ਡਿਗਰੀ ਹੈ ਇਹ ਸੀ ਆ ਗਿਆ ਇਹ ਏ ਆ ਗਿਆ ਇਧਰ ਕੀ ਆ ਗਿਆ ਪੀ ਉਹਨੇ ਕੀ ਕਿਹਾ ਏ ਬੀ ਸੀ ਤੇ ਏ ਐਮ ਪੀ ਏ ਬੀ ਸੀ ਤੇ ਏ ਐਮ ਪੀ ਦੋਵੇਂ ਸਮਕੋਣ ਤ੍ਰਿਭੁਜ ਸਮਕੋਣ ਮਤਲਬ ਰਾਈਟ ਐਂਗਲ ਰਾਈਟ ਐਂਗਲ ਮਤਲਬ ਇਹ ਐਂਗਲ 90 ਡਿਗਰੀ ਹੈ ਇਧਰ ਐਮ ਐਂਗਲ ਕੀ ਹੈ 90 ਡਿਗਰੀ ਜਿਨ੍ਹਾਂ ਵਿੱਚ ਬੀ ਅਤੇ ਐਮ ਸਮਕੋਣ ਹਨ ਬੀ ਵੀ 90 ਡਿਗਰੀ ਹੈ ਐਮ ਆਪਣੇ ਕੋਲ ਕੀ ਹੈ 90 ਡਿਗਰੀ ਸਿੱਧ ਕਰੋ ਆਪਾਂ ਸਿੱਧ ਕਰਨਾ ਹੈ ਤ੍ਰਿਪੁੰਜ ABC ਸਮਰੂਪ AMP ਨਾਲ ਆਪਾਂ ਸਿੱਧ ਕਰਨਾ ਹੈ CA PA BC MP ਇਹ ਚੀਜ਼ ਆਪਾਂ ਹੀ ਕਰਨੀ ਹੈ ਸਿੱਧ ਕਰਨੀ ਹੈ ਹੁਣ ਆਪਾਂ ਨੂੰ ਦਿੱਤਾ ਕੀ ਹੋਇਆ ਕੋਣ B ਕੋਣ M ਕਿੰਨਾ ਆ ਗਿਆ 90 ਡਿਗਰੀ ਇਹ ਆਪਣੇ ਕੋਲ ਡਾਇਗਰਾਮ ਇੱਥੇ ਆਪਾਂ ਇਹ ਚੀਜ਼ ਸਿੱਧ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਸਿੱਧ ਕੀ ਕਰਨਾ ਹੈ ABC ਤੇ AMP ਇਹ ਦੋਵੇਂ ਆਪਸ ਵਿੱਚ ਕੀ ਹੈ ਸਮਰੂਪ ਨੇ ਸਮਰੂਪ ਦਾ ਮਤਲਬ ਇੱਕੋ ਜਿਹਾ ਰੂਪ ਦੇਖੋ ਸਮਰੂਪ ਸਮਰੂਪ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਸਮ ਦਾ ਮਤਲਬ ਇੱਕੋ ਜਿਹਾ ਇੱਕੋ ਜਿਹਾ ਤੇਦਰ ਕੀ ਆ ਗਿਆ ਰੂਪ ਜਿੰਨਾ ਦਾ ਰੂਪ ਇੱਕੋ ਜਿਹਾ ਹੋਵੇ ਉਹਨੂੰ ਕੀ ਕਹਿੰਦਾ ਸਮਰੂਪ ਕਿਹਾ ਜਾਂਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਸਮਰੂਪ ਸਿੱਧ ਕਰਾਂਗੇ ਸਮਰੂਪ ਸਿੱਧ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਕੀ ਹੈ ਥੋੜਾ ਜਿਹਾ ਡਾਇਗਰਾਮ ਨੂੰ ਚੇਂਜ ਕਰਾਂਗੇ ਥੋੜਾ ਜਿਹਾ ਅਲੱਗ ਬਣਾਵਾਂਗੇ ਮਤਲਬ ਇਹਨਾਂ 'ਚ ਅਲੱਗ-ਅਲੱਗ ਕਰਾਂਗੇ ਆਪਾਂ ਇਹ ਆਪਾਂ ਅਲੱਗ ਬਣਾ ਲਿਆ ਏ ਇਹ ਬੀ ਹੈ ਏ ਕੀ ਆ ਗਿਆ ਮੇਰੇ ਕੋਲ ਸੀ ਇਸੇ ਤਰੀਕੇ ਨਾਲ ਮੈਂ ਇੱਕ ਹੋਰ ਬਣਾ ਲਿਆ ਏ ਐਮ ਤੇ ਪੀ ਏ ਐਮ 90 ਡਿਗਰੀ ਇਹ a ਹੈ a ਕੀ ਬਣ ਗਿਆ ਆਪਣੇ ਕੋਲ p ਦੋਮਾ ਡਾਇਗਰਾਮ ਦੇਖੋ ਥੋੜਾ ਜਿਹਾ ਅਲੱਗ ਜਿਹਾ ਡਾਇਗਰਾਮ ਸੀ ਮੈਂ ਅਲੱਗ-ਅਲੱਗ ਕਰ ਲਿਆ ਇਹਨਾਂ ਨੂੰ ਓਕੇ ਥੋੜਾ ਕੰਪਲੈਕਸ ਸੀਗਾ ਥੋੜਾ ਔਖਾ ਡਾਇਗਰਾਮ ਸੀਗਾ ਮੈਂ ਸੌਖਾ ਬਣਾ ਲਿਆ abc ਅਲੱਗ ਕੱਢ ਲਿਆ ਤੇ amp ਕੀ ਕੀਤਾ ਅਲੱਗ ਕੱਢ ਲਿਆ ਦੋ ਤ੍ਰਿਭੁਜਾ ਬਣ ਗੀਆਂ ਇਹਨਾਂ ਨੂੰ ਸਮਰੂਪ ਸਿੱਧ ਕਰਨਾ ਹੈ ਸਮਰੂਪ ਕਿਵੇਂ ਸਿੱਧ ਕਰਾਂਗੇ ਕੋਈ ਦੋ ਕੋਣ ਆਪਾਂ ਬਰਾਬਰ ਸਿੱਧ ਕਰਾਂਗੇ ਕੋਈ ਦੋ ਕੋਣ ਕਿਸੇ ਕਾਰਨ ਕਰਕੇ ਆਪਾਂ ਸਿੱਧ ਕਰਾਂਗੇ ਬਰਾਬਰ ਜਦੋਂ ਦੋ ਕੋਣ ਬਰਾਬਰ ਹੋਗੇ ਤਾਂ ਆਪਾਂ ਕਹਾਂਗੇ ਤ੍ਰਿਭੁਜਕੀਆ ਸਮਰੂਪ ਜਦੋਂ ਤ੍ਰਿਭੁਜ ਸਮਰੂਪ ਹੋਗੀ ਤਾਂ ਉਹਨਾਂ ਦੇ ਕੀ ਲਵਾਂਗੇ ਅਨੁਪਾਤ ਲਵਾਂਗੇ ਠੀਕ ਹੈ ਅਨੁਪਾਤ ਲੈ ਕੇ ਆਪਾਂ ਸਿੱਧ ਕਰਾਂਗੇ CA/PA BC/MP ਤਾਂ ਦੋ ਤ੍ਰਿਭੁਜ ਆਪਾਂ ਲੈ ਕੇ ਚੱਲਦੇ ਆ ਤ੍ਰਿਭੁਜ ABC ਅਤੇ ਤ੍ਰਿਭੁਜ AMP ਵਿੱਚ ਮੈਂ ਦੋ ਤ੍ਰਿਭੁਜਾਂ ਲੈ ਕੇ ਚੱਲਿਆ ABC AMP ਹੁਣ ਦੇਖੋ ਦੋਵੇਂ ਤਿਰਪੁਜਾਂ ਜੇਪਾ ਧਿਆਨ ਨਾਲ ਦੇਖੀਏ ਤਾਂ ਇਧਰੋਂ b ਕੋਣ 90 ਡਿਗਰੀ ਦਾ ਇਧਰੋਂ m ਕੋਣ ਕੀ ਆ 90 ਡਿਗਰੀ ਦਾ ਦੋ ਤਿਰਪੁਜ ਦੋਵਾਂ ਦੇ ਵਿੱਚ ਕੀ ਹੈ ਇੱਕ ਇੱਕ ਕੋਣ 90 ਡਿਗਰੀ ਦਾ ਇਧਰੋਂ b 90 ਆ ਉਧਰੋਂ m 90 ਆ ਤਾਂ ਆਪਾਂ ਕੀ ਲਿਖਾਂਗੇ ਕੋਣ b ਬਰਾਬਰ ਕੀ ਆ ਗਿਆ ਕੋਣ m ਕਾਰਨ ਕੀ ਲਿਖਾਂਗੇ ਆਪਾਂ 90 ਡਿਗਰੀ ਕਿਉਂਕਿ b ਵੀ 90 ਡਿਗਰੀ ਹੈ ਇਧਰੋਂ m ਵੀ ਕੀ ਹੈ 90 ਡਿਗਰੀ ਜੇ ਆਪਾਂ ਕੋਈ ਹੋਰ ਚੀਜ਼ ਦੇਖੀਏ ਦੋਵੇਂ ਕੀ ਸੰਝਾ ਰਹੇ ਆ ਤਾਂ ਦੇਖੋ ਜਿਹੜਾ ਕੋਣ A ਐ ਉਹ ਦੋਵਾਂ ਚ ਹੀ ਐ ਇੱਧਰ ਵੀ ਕੋਣ A ਐ ਇੱਧਰ ਵੀ ਕੋਣ A ਐ ਤਾਂ ਕੋਣ A ਕੋਣ A ਲਿਖ ਸਕਦੇ ਆ ਕਿਉਂਕਿ ਹੋਰ ਕੋਈ ਚੀਜ਼ ਤਾਂ ਬਰਾਬਰ ਬਾਣੀ ਨਹੀਂ ਲਈ ਤਾਂ ਆਪਾਂ ਲਿਖਾਂਗੇ ਕੋਣ A ਕੋਣ A ਕੋਣ A ਕੋਣ A ਕਿਉਂ ਕਿ ਇਹ ਕਿਹੜਾ ਕੋਣ ਆ ਸਾਂਝਾ ਕੋਣ ਇਹ ਦੋਵਾਂ ਚ ਕੀ ਐ ਸਾਂਝਾ ਪਹਿਲਾਂ ਤਾਂ ਲਿਖਿਆ ਕੋਣ B ਕੋਣ M ਕਿਉਂਕਿ ਇਹ ਕੀ ਐ 90 ਡਿਗਰੀ ਉਸ ਤੋਂ ਬਾਅਦ ਲਿਖਿਆ ਕੋਣ A ਕੋਣ A ਕਿਉਂਕਿ ਇਹ ਦੋ ਮਾਚ ਕੀ ਹੈ ਸੰਜਾ ਸਮਰੂਪ ਸਿੱਧ ਕਰ ਲਈ ਕੋਈ ਦੋ ਕੋਣ ਹੀ ਬਰਾਬਰ ਸਿੱਧ ਕਰ ਦੋ ਆਪਣੀ ਤ੍ਰਿਪੁੰਜ ਸਮਰੂਪ ਹੋ ਜਾਏਗੀ ਤਾਂ ਆਪਾਂ ਲਿਖਾਂਗੇ ਏ ਏ ਅਨੁਸਾਰ ਏ ਏ ਅਨੁਸਾਰ ਤ੍ਰਿਪੁੰਜ ABC ਸਮਰੂਪ ਕੀ ਹੋਗੀ AMP ਮੇਰੇ ਕੋਲ ਦੋ ਤ੍ਰਿਪੂਜਾ ਏ ਏ ਮਤਲਬ ਕੋਣ ਕੋਣ ਇਹਨੂੰ ਆਪਾਂ ਲਿਖ ਸਕਦੇ ਆ ਕੋਣ ਕੋਣ ਅਨੁਸਾਰ ਦੋ ਕੋਣ ਆਪਾਂ ਬਰਾਬਰ ਸਿੱਧ ਕਰਤੇ ਤਾਂ ਕੋਣ ਕੋਣ ਅਨੁਸਾਰ ਤਿਰਭੁਜ ਕਿ ਹੋਗੀ ਸਮਰੂਪ ਹੋਗੀ ਮੈਂ ਉੱਪਰ ਲਿਖਿਆ ਹੁਣ ABC ਸਮਰੂਪ ਕੀ ਹੋ ਗਿਆ AMP ਜਦੋਂ ਦੋ ਤਿਰਭੁਜਾ ਸਮਰੂਪ ਹੋ ਗਿਆ ਤਾਂ ਉਹਨਾਂ ਦੇ ਅਨੁਪਾਤ ਕੀ ਹੁੰਦੇ ਆ ਬਰਾਬਰ ਕਿਹੜੀਆਂ ਭੁਜਾਵਾਂ ਦੇ ਅਨੁਪਾਤ ਸਾਹਮਣੇ ਵਾਲੀ ਦੇਖੋ ਜਿਵੇਂ AB ਦੇ ਸਾਹਮਣੇ ਕੋਣ ਹੈ AM AB ਦੇ ਸਾਹਮਣੇ ਕੋਣ ਹੈ AM ਉਸੇ ਤਰੀਕੇ ਨਾਲ AC ਦੇ ਸਾਹਮਣੇ ਕੌਣ ਹੈ ਦੇਖੋ ਇਧਰੋਂ ਆ ਗਿਆ AC ਇਧਰੋਂ ਕੌਣ ਆ ਗਿਆ AP ਪਤਾ ਕਿਵੇਂ ਲੱਗਾ ਤੁਸੀਂ ਦੇਖੋ ਇਸ ਤਰ੍ਹਾਂ ਕਰ ਸਕਦੇ ਹੋ ਇਹ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਪਹਿਲਾ ਦੂਜਾ ਤੇ ਤੀਜਾ ਪਹਿਲਾ ਤੇ ਤੀਜਾ ਪਹਿਲੇ ਤੇ ਤੀਜੇ ਦੇ ਕੌਣ ਹੈ AC ਇਧਰੋਂ ਪਹਿਲਾ ਤੇ ਤੀਜਾ ਇਧਰੋਂ ਕੌਣ ਆ ਗਿਆ AP ਆਪਾਂ ਲੈ ਕੇ ਇਸੇ ਤਰ੍ਹਾਂ ਹੀ ਚੱਲਦੇ ਆ ਪਹਿਲਾ ਦੂਜਾ ਪਹਿਲਾ ਦੂਜਾ ਪਹਿਲਾ ਤੀਜਾ ਪਹਿਲਾ ਤੀਜਾ ਦੂਜਾ ਤੀਜਾ ਦੂਜਾ ਤੀਜਾ ਹੁਣ ਦੇਖੋ ਪਹਿਲਾ ਤੇ ਤੀਜਾ ਪਹਿਲਾ ਤੇ ਤੀਜਾ ਪਹਿਲੇ ਨੰਬਰ ਤੇ ਏ ਤੀਜੇ ਨੰਬਰ ਤੇ ਸੀ ਪਹਿਲੇ ਨੰਬਰ ਤੇ ਏ ਤੀਜੇ ਨੰਬਰ ਤੇ ਪੀ ਇਹ ਬਰਾਬਰ ਹੋਗੇ ਇਹਨਾਂ ਦੇ ਅਨੁਪਾਤ ਬਰਾਬਰ ਹੋਗੇ ਹੁਣ ਦੇਖੋ ਹੋਰ ਆਪਾਂ ਨੂੰ ਕੀ ਚਾਹੀਦਾ bc ਤੇ mp ਇਧਰੋਂ ਕੀ ਆ ਗਿਆ bc ਇਧਰੋਂ ਕੀ ਆ ਗਿਆ ਮੇਰੇ ਕੋਲ bc bc ਕਿੰਨੇਵੇਂ ਨੰਬਰ ਤੇ ਆ ਦੂਜੇ ਤੇ c ਕਿੰਨੇਵੇਂ ਤੇ ਆ ਤੀਜੇ ਤੇ b ਮੇਰੇ ਕੋਲ ਦੂਜੇ ਨੰਬਰ ਤੇ ਆ c ਮੇਰੇ ਕੋਲ ਤੀਜੇ ਨੰਬਰ ਤੇ ਆ ਜੇ ਮੈਂ ਇਧਰੋਂ ਦੇਖਾਂ m ਦੂਜੇ ਨੰਬਰ ਤੇ p ਤੀਜੇ ਨੰਬਰ ਤੇ ਤਾਂ ਇਧਰੋਂ ਕੀ ਆ ਗਿਆ mp ਤਾਂ ਆਪਣੇ ਕੋਲ ਸਿੱਧ ਹੋ ਗਿਆ AC ਨੂੰ ਮੈਂ ਕੀ ਲਿਖਿਆ CA AP ਨੂੰ ਕੀ ਲਿਖਿਆ PA ਬਰਾਬਰ ਕੀ ਆ ਗਿਆ BC/MP ਇਹ ਚੀਜ਼ ਕੀ ਸੀ ਮੈਂ ਸਿੱਧ ਕਰਨੀ ਸੀ ਠੀਕ ਹੈ ਇੱਥੇ ਆਪਾਂ ਕਾਰਨ ਕੀ ਲਿਖਾਂਗੇ CPST CPST ਕੋਰਸਪੋਂਡਿੰਗ ਪਾਰਟਸ ਆਫ ਸਿਮਿਲਰ ਟ੍ਰੈਂਗਲ ਠੀਕ ਹੈ ਦੋ ਸਮਰੂਪ ਤ੍ਰਿਭੁਜਾਂ ਦੇ ਅਨੁਪਾਤ ਠੀਕ ਹੈ ਦੋ ਸਮਰੂਪ ਤ੍ਰਿਭੁਜਾਂ ਦੇ ਅਨੁਪਾਤ ਲੈ ਕੇ ਮੈਂ ਸਿੱਧ ਕਰਤਾ ਪਰ ਅਨੁਪਾਤ ਕਦੋਂ ਲਏ ਜਾ ਸਕਦੇ ਆ ਜਦੋਂ ਤ੍ਰਿਭੁਜ ਕਿ ਹੋਗੀ ਸਮਰੂਪ ਹੋਗੀ ਠੀਕ ਹੈ ਸਮਰੂਪ ਕਦ ਹੋਏਗੀ ਜਦੋਂ ਦੋ ਕੋਣ ਬਰਾਬਰ ਕਰ ਦੋਗੇ ਦੋ ਕੋਣ ਕਿਹੜੇ ਬਰਾਬਰ ਕੀਤੇ ਕੋਣ b ਬਰਾਬਰ ਕੋਣ m ਕਿਉਂ ਕਿਉਂਕਿ ਇਹ 90 ਡਿਗਰੀ ਹੈ ਤੇ ਇਹਦਾ ਕੋਣ a ਹੈ ਇਹ ਦੋਵਾਂ ਚੀ ਹੈ ਤਾਂ ਆਪਾਂ ਇਹਨੂੰ ਕੀ ਲਿਖਾਂਗੇ ਸਾਂਝਾ ਕੋਣ ਜਦੋਂ ਤ੍ਰਿਭੁਜ ਸਮਰੂਪ ਹੋਗੀ ਤਾਂ ਪਹਿਲਾ ਦੂਜਾ ਤੀਜਾ ਪਹਿਲਾ ਦੂਜਾ ਤੀਜਾ ਤਾਂ ਇੱਥੋਂ ਆਪਾਂ ਕੀ ਅਨੁਪਾਤ ਬਣਾ ਸਕਦੇ ਆ ਪਹਿਲਾ ਅਨੁਪਾਤ ਕਿਵੇਂ ਬਣਿਆ ਫਸਟ ਥਰਡ ਪਹਿਲਾ ਤੀਜਾ ac ਪਹਿਲਾ ਤੀਜਾ ap ਦੂਜਾ ਤੀਜਾ bc ਦੂਜਾ ਤੀਜਾ mp ਤਾਂ ਇਹਨੂੰ ਮੈਂ ਉਲਟਾ ਕਰਕੇ ਲਿਖਿਆ ac ਨੂੰ ca ap ਨੂੰ pa ਤਾਂ ਇਹ ਚੀਜ਼ ਆਪਣੇ ਕੋਲ ਕੀ ਹੈ ਅਨਸਰ ਆ ਗਿਆ ac ਆਪਣੇ ਕੋਲ ट्रायंगल ਚੈਪਟਰ ਦਾ ਇੱਕ ਹੋਰ ਇੰਪੋਰਟੈਂਟ ਕੁਐਸਚਨ ਜੋ ਕਿ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਕੁਐਸਚਨ ਡਿਸਕਸ ਕਰਾਂਗੇ